ਲੋ ਜੀ ਪਹੁੰਚ ਗਏ ਫਰਾਰੀ ਵਰਲਡ ਨਿੰਦੀ ਬਾਈ ਜੀ ਲਿਆਏ ਸਾਨੂੰ ਇੱਥੇ ਕਾਫੀ ਦੂਰ ਪੈ ਗਿਆ 120-125 ਕਿਲੋਮੀਟਰ ਸੀ ਦੁਬਈ ਤੋਂ ਬਟ ਗੱਡੀ ਉੜਦੀ ਹੋ ਆਈ ਕਿਉਂਕਿ ਸਪੀਡ ਬਹੁਤ ਸੀ ਇਹ ਦੇਖੋ ਵੈਲਕਮ ਟੂ ਫਰਾਰੀ ਵਰਲਡ ਆਬੂ ਧਾਬੀ ਇੱਥੋਂ ਹੁਣ ਜਾ ਰਹੇ ਹਾਂ ਅਸੀਂ ਵਾਕ ਕਰਦੇ ਕਰਦੇ ਇਹ ਤੁਸੀਂ ਵੀਰ ਜੀ ਪਹਿਲਾਂ ਕਦੋਂ ਆਏ ਇੱਥੇ ਆਏ ਅੱਛਾ ਲੋ ਜੀ ਆ ਗਏ ਨੇੜੇ ਫਰਾਰੀ ਵਰਲਡ ਤੇ ਇੱਕ ਮਾਲ ਆ ਇੱਕ ਤਰ੍ਹਾਂ ਦਾ ਹੋ ਰਿਹਾ ਸਾਹਮਣੇ ਹੈ ਓਕੇ ਫਰਾਰੀ ਵਰਲਡ ਇੱਥੇ ਹੁਣ ਜਾ ਕੇ ਦੇਖੀਏ ਅੰਦਰ ਕੀ ਕੁਝ ਹੈ ਇੱਥੇ ਦੇਖਣ ਲਈ ਕੀ ਨਹੀਂ ਲਓ ਜੀ ਦੇਖੋ ਨਜ਼ਾਰਾ ਫਰਾਰੀ ਵਰਲਡ ਦੇ ਅੰਦਰ ਦਾ ਟੋਟਲ ਰੈੱਡ ਐਂਡ ਵਾਈਟ ਦਾ ਕੋਂਬੀਨੇਸ਼ਨ ਕੱਪੜੇ ਵੀ ਬਲਕਿ ਟੀ ਸ਼ਰਟਾਂ ਵਗੈਰਾ ਵਾਈਟ ਅਤੇ ਨਾਲ ਰੈੱਡ ਬਾਕੀ ਅੱਗੇ ਆਪਾਂ ਇਹ ਹੈ ਅੰਦਰ ਫੇਸ ਪਾਸ ਜੀ ਦੇਖੋ ਬਾਕੀ ਇੱਧਰਲੀ ਸਾਈਡ ਹੈ ਆਹ ਦੇਖੋ ਇਹ ਰੇਸ ਹਾਂ ਇਹ ਇਹਨਾਂ ਦੀ ਪ੍ਰੋਪਰ ਜਿਹੜੀ ਪਹਿਲਾਂ ਦੀ ਫਰਾਰੀ ਉਹ ਖੜਾਈ ਵੀ ਹੈ ਇੱਥੇ ਫੋਟੋ ਵਗੈਰਾ ਖਿਚਾਉਣ ਲਈ ਇਹਦੇ ਫਿਰ ਇਹ ਚਾਰਜ ਵਗੈਰਾ ਲੈਂਦੇ ਆ ਇੱਥੇ ਆਹ ਦੇਖੋ ਪ੍ਰੋਪਰ ਕੈਮਰੇ ਪੂਰਾ ਸੈਟਅਪ ਲਾਇਆ ਵਾ ਇਹਨਾਂ ਦਾ ਇੱਥੇ ਇਹ ਦੇਖੋ ਰੇਸਿੰਗ ਵਾਲੀ ਜਿਹੜੀ ਪ੍ਰੋਪਰ ਫਰਾਰੀ ਇਹ ਖੜੀ ਕਰੀ ਵੀ ਇੱਥੇ ਇਹ ਹੈ ਜੀ ਦੇਖੋ ਇੱਕ ਪ੍75,000 ਦਿਰਹਮ ਦਾ ਹੈ ਸਾਰਾ ਕੁਛ ਫਰਾਰੀ ਸਟੂਡੀਓ ਹੈ ਇਹ ਇਹ ਦੇਖੋ ਪ੍ਰੋਪਰ ਰੇਸਿੰਗ ਕਾਰ ਲਗਾ ਰੱਖੀ ਇੱਥੇ ਐਨ ਜਿਹੜੀ ਆਪਾਂ ਫਿਲਮਾਂ ਦੇਖਦੇ ਹੁੰਦੇ ਕਈ ਵਾਰੀ ਫਰਾਰੀ ਰੇਸਿੰਗ ਵਾਲੀ ਪ੍ਰੋਪਰ ਅਸ਼ਵੀਰ ਕਿੱਧਰ ਖੜੀ ਹੈ ਵੈਸੇ ਤਾਂ ਦੁਬਈਆਂ ਦੀਆਂ ਸੜਕਾਂ ਦੇ ਦੁਬਈ ਦੀਆਂ ਸੜਕਾਂ ਦੇ ਬਥੇਰੀਆਂ ਦਿਖਦੀਆਂ ਇਹ ਘੁੰਮਦੀਆਂ ਬਟ ਚਲੋ ਇੱਕ ਇਹ ਸਪੈਸ਼ਲ ਵੀ ਤੁਸੀਂ ਫਰਾਰੀ ਵਰਲਡ 'ਚ ਆਏ ਹੈ ਤਾਂ ਇੱਥੇ ਆ ਕੇ ਦੇਖੋ ਐਕਚੁਅਲੀ ਪਹਿਲਾਂ ਦੁਬਈ ਮਾਲ ਬਣਨ ਤੋਂ ਪਹਿਲਾਂ ਇਹ ਹੁੰਦਾ ਸੀ ਫੇਮਸ ਇੱਥੇ ਪ੍ਰੋਪਰ ਵੀ ਜਿਹਨੂੰ ਕਹਿੰਦੇ ਸੀ ਆਪਾਂ ਫਰਾਰੀ ਵਰਲਡ ਇਹ ਦੇਖੋ ਜੀ ਫਰਾਰੀ ਵਰਲਡ ਕਈ ਤਰ੍ਹਾਂ ਦੀਆਂ ਗੱਡੀਆਂ ਖੜਾਈਆਂ ਵੀ ਅੰਦਰ ਇਹ ਫਰਾਰੀ ਖੜੀ ਹੈ ਉੱਪਰੋਂ ਦੇਖੋ ਇਹਦੀ ਛੱਤ ਠੀਕ ਹੈ ਦੇਖੋ ਇਹ ਖੜਾਈ ਵੀ ਉੱਪਰ ਕਰਕੇ ਬਸ ਸਾਰੀਆਂ ਆਲਮੋਸਟ ਪੁਰਾਣੇ ਪੁਰਾਣੇ ਮਾਡਲ ਕਾਫੀ ਹੱਦ ਤੱਕ
ਘੁੰਮਿਆ ਫਰਾਰੀ ਵਰਲਡ। ਚਲੀਏ ਹੁਣ ਵਾਪਸੀ ਆਬੂ ਧਾਬੀ 'ਚ, ਕੋਈ ਹੋਰ ਇੱਕ ਤੋਂ ਖਾਸ ਜਗ੍ਹਾ ਹੈ ਮੌਸ ਫਿਰ ਉਹ ਦੇਖੀਏ। ਇੱਥੋਂ ਰਿਟਰਨ ਹੈ, ਇਹ ਰੈਸਟੋਰੈਂਟ ਹੈ ਕੋਈ ਵਾਸ਼ ਮਿਲਣ ਆ ਗਿਆ। ਇਹ ਰਸੋਈ ਘਰ ਰੈਸਟੋਰੈਂਟ ਹੈ ਕੋਈ ਬਣਿਆ ਵਾ ਇੱਥੇ। ਰਸੋਈ ਘਰ ਲਿਖਿਆ ਵਾ। ਆ ਜਾ ਬੇਟਾ, ਬੈਰੀ ਬੈਂਗ। ਲਓ ਜੀ, ਇਹ ਤੋਂ ਬਾਅਦ ਇਹਦੇ ਅੰਦਰ ਜਾ ਕੇ ਦੇਖਦੇ ਕੀ ਚੀਜ਼ ਹੈ ਇਹ। ਦੇਖਣ ਤਾਂ ਅੱਛਾ ਲੱਗ ਰਿਹਾ, ਬਾਕੀ ਲੱਗ ਜਾਏਗਾ ਪਤਾ ਹੁਣੇ ਕੀ ਹੈ ਕੀ ਨਹੀਂ। ਲਾਈਟਿੰਗ ਵਗੈਰਾ ਹੋਰ ਕੀ ਬਲੂ ਬਲੂ ਜੀ ਕੀਤੀ ਵੀ ਹੈ ਇੱਥੇ ਕਾਫੀ ਅੱਛਾ। ਅੰਦਰ ਦੇਖੀ ਤਾਂ ਇਹ ਦੇਖੋ, ਕਾਫੀ ਅੱਛਾ ਅੰਦਰ ਡੱਕ। ਬਾਕੀ ਅੱਗੇ ਜਾ ਕੇ ਦੇਖਦੇ ਹੈ ਕੀ ਹੈ, ਹੋ ਸਕਦਾ ਵਾਕਿੰਗ ਏਰੀਆ ਹੋਵੇ ਵੀ ਸਿਰਫ ਵਾਕ ਕਰਕੇ ਤੁਸੀਂ ਇੱਕ ਅੱਛੀ ਜਗ੍ਹਾ ਤੋਂ ਨਿਕਲ ਕੇ ਹੋਰ ਪਾਸੇ ਜਾ ਰਹੇ ਹੈ। ਬਾਕੀ ਤਾਂ ਉਹਨੇ ਸਾਹਮਣੇ ਆ ਜਾਣਾ ਅੱਗੇ ਜਾ ਕੇ, ਅੱਗੇ ਉਹ ਆ ਗਿਆ, ਐਗਜ਼ਿਟ ਨੇੜੇ ਹੀ ਹੈ ਸਾਹਮਣੇ ਆਬੂ ਧਾਬੀ ਦੇ ਵਿੱਚ ਫਰਾਰੀ ਵਰਲਡ ਦੇ ਨਾਲ ਬਿਲਕੁਲ ਇਹ ਚੀਜ਼ ਹੈ। ਚੱਲ ਪਏ ਜੀ ਫਰਾਰੀ ਵਰਲਡ ਤੋਂ ਦੁਬਾਰੇ ਦੁਬਈ ਵੱਲ। ਬੱਚੇ ਪਿੱਛੇ ਆਪਣਾ ਡਰਿੰਕ ਇੰਜੋਏ ਕਰਦੇ ਹੋਏ, ਕਿਹੜਾ ਡਰਿੰਕ ਪੀ ਰਹੇ? ਵਿਟਾਮਿਨ ਸੀ ਅਰਸ਼ੀ, ਤੇਰਾ ਕਿਹੜਾ ਹੈ? ਇਹ ਵਿਚਾਰੇ ਸਵੇਰ ਦੇ ਫਲਾਈਟ 'ਚ ਤੰਗ ਆਏ ਵੇ, ਉਹ ਮਲਟੀ ਵਿਟਾਮਿਨ ਦੇ ਕੇ ਚਾਰਜ ਕਰ ਰਹੇ ਨਾਲ ਨਾਲ। ਇਹ ਭਾਅ ਜੀ ਨੇ ਗੱਡੀ 'ਚ ਨਿਸ਼ਾਨ ਦੀ ਗੱਡੀ, ਐਕਚੁਅਲੀ ਫਰਿੱਜ ਦਾ ਰੇਂਜ ਪਿੱਛੇ ਹੈ, ਸਮਾਨ ਸਮੂਨ ਚੰਗਾ ਫਰਿੱਜ ਦਾ ਲਾਇਆ ਪਿਆ ਵਿੱਚ ਦੇਖੋ ਪੂਰਾ। ਨਿਕਲ ਗਏ ਜੀ, ਹੋ ਗਿਆ ਐਗਜ਼ਿਟ। ਇਹ ਚੱਲਦਾ ਹੋਣਾ ਨਾ ਰੋਲਰ ਕੋਸਟਰ, ਮੈਨੂੰ ਨਹੀਂ ਲੱਗਦਾ ਚੱਲਦਾ ਨਾ ਇਹ। ਹਾਂ ਅੱਛਾ ਅੱਛਾ ਅੱਛਾ, ਇਹ ਹੈ ਜੀ ਰੋਲਰ ਕੋਸਟਰ ਫਰਾਰੀ ਵਰਲਡ ਦਾ। ਚੱਲ ਪਈ ਆਬੂ ਧਾਬੀ ਤੋਂ ਵਾਪਸ ਦੁਬਈ ਵੱਲ, ਫਿਰ ਸੇ
सेम स्पीड गड्डी दी 150 ते ये जिहड़ियां 6 लेन रोड है परली साइड चलदियां जिन्हां ने स्लो जाना है बाकी जिहड़े टॉप ते जाऊंगे वो है साइड ते इधरली साइड ये साडी टॉप वाली लेन च जा रही है 145 ते रखी है गड्डी ये देखो नजारा सड़कां दा पूरा दुबई के पास है अबू धाबी तो भी फिर ये मकान है इधर भाई मकान होने का इधर विले हाँ जी हाँ जी पर्सनल विले बने पे घर भी है जेडे इधर उन्होंने विले है बड़े चंगे मकान वाह जी बापू शानदार है